ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਆਇਆਂ ਨੂੰ ਆਪਣੇ ਚੈਨਲ 'ਤੇ। ਅਤੇ ਜਿਵੇਂ ਕਿ ਪਤਾ ਹੈ ਕਿ ਜੋ ਮਾਹੌਲ ਹੈ ਪੰਜਾਬ ਦਾ ਜਾਂ ਪੂਰੀ ਦੁਨੀਆ ਦਾ, ਉਹਦੇ ਮੁਤਾਬਕ ਘਰਾਂ 'ਚ ਰਹੋ ਅਤੇ ਉਹਦੇ ਲਈ ਜ਼ਰੂਰੀ ਹੈ। ਅਤੇ ਬਾਕੀ ਘਰ ਬਹਿ ਕੇ ਤਿਆਰੀ ਕਰ ਰਹੇ ਹੋਵੋਗੇ, ਉਮੀਦ ਹੈ ਵਧੀਆ ਤਿਆਰੀ ਹੋ ਰਹੀ ਹੋਵੇਗੀ। ਅਤੇ ਜਿਹੜੀਆਂ ਆਪਾਂ ਵੀਡੀਓ ਬਣਾਉਣੀਆਂ ਸੀਗੀਆਂ ਉਹ ਵੀ ਬਣਾਉਂਦੇ ਰਹਾਂਗੇ, ਪਰ ਨਾਲ ਦੀ ਨਾਲ ਜਿਹੜੇ ਕਿ ਅਸੀਂ ਗੱਲ ਕਰਨੀ ਕਵੀਆਂ ਬਾਰੇ, ਅੱਜ ਆਧੁਨਿਕ ਕਵੀ ਨੇ ਜਿਹੜੇ ਕਾਫੀ ਹੱਦ ਤੱਕ ਆਪਣੀਆਂ ਵੀਡੀਓ ਪਾਈਆਂ ਹੋਈਆਂ ਨੇ ਚੈਨਲ 'ਤੇ, ਅਤੇ ਜਿਸ ਤਰੀਕੇ ਨਾਲ ਕਿਤਾਬਾਂ ਦੇ ਵਿੱਚ ਤੁਹਾਨੂੰ ਮਿਲਦਾ ਦੇਖਣ ਨੂੰ, ਸਾਹਮਣੇ ਸਕਰੀਨ 'ਤੇ ਪੜ੍ਹ ਵੀ ਰਹੇ ਹੋਵੋਗੇ ਜਿਹੜੇ ਲਿਖਤੀ ਨੋਟਸ ਨੇ, ਅਤੇ ਹੋ ਸਕਦਾ ਕਈਆਂ ਕੋਲ ਇਹ ਪਹਿਲਾਂ ਪਹੁੰਚੇ ਹੋਏ ਹੋਣਗੇ ਜੀ। ਅਤੇ ਕਿਸੇ ਮਤਲਬ ਇੱਕ ਵਿਦਿਆਰਥੀ ਦੁਆਰਾ ਹੀ ਤਿਆਰ ਕੀਤੇ ਹੋਏ ਨੇ ਇਹ, ਤੁਹਾਡੇ ਵਰਗਾ ਕੋਈ, ਆਪਣੇ ਵਰਗਾ, ਸਾਰਿਆਂ ਵਰਗਾ ਜਿਹਨੇ ਤਿਆਰ ਕੀਤੇ ਆ। ਅਤੇ ਇਸ ਤਰ੍ਹਾਂ ਦੇ ਜਿਹੜੇ ਵੀ ਕਿਤੋਂ ਕੋਈ ਨੋਟਸ ਹੈਗੇ ਨੇ ਉਹ ਤੁਹਾਨੂੰ ਮਿਲ ਜਾਣਗੇ ਜੀ। ਇਹ ਵੀ ਮਿਲਣਗੇ ਅੱਜ PDF ਫੋਰਮ ਦੇ ਵਿੱਚ, ਤੁਸੀਂ ਗਰੁੱਪ ਦੇ ਵਿੱਚੋਂ ਲੈ ਸਕਦੇ ਹੋ, ਆਪਾਂ ਉੱਥੇ ਪਾਵਾਂਗੇ। ਇਹਦੇ ਵਿੱਚ 16 ਕਵੀ ਨੇ ਜੀ, 16 ਕਵੀ ਨੇ, ਸਾਰੇ ਦੇ ਸਾਰੇ ਸਿਲੇਬਸ ਦੇ ਮੁਤਾਬਕ ਨੇ। ਅਤੇ ਬਾਕੀ ਜਿਹੜੀਆਂ ਵੀਡੀਓ ਆਪਣੇ ਚੈਨਲ 'ਤੇ ਪਾਈਆਂ ਹੋਈਆਂ ਨੇ ਉਹ ਜ਼ਰੂਰ ਤੁਸੀਂ ਦੇਖਿਓ, ਕਿਉਂਕਿ ਇਹ ਦੇ ਵਿੱਚ ਜੋ ਦਿੱਤਾ, ਜਿਸ ਢੰਗ ਨਾਲ ਲਿਖਿਆ ਹੋਇਆ, ਜੋ ਵੀ ਮਿਹਨਤ ਕੀਤੀ ਹੋਈ ਆ ਉਹ ਵੱਖਰੀ ਹੈ, ਤੁਹਾਡੀ ਆਪੋ ਆਪਣੀ ਵੀ ਹੈ। ਪ੍ਰੋਫੈਸਰ ਪੂਰਨ ਸਿੰਘ ਦਾ ਨਾਮ ਆ ਰਿਹਾ ਜੀ, ਤੁਸੀਂ ਦੇਖ ਰਹੇ ਹੋਵੋਗੇ। ਅਤੇ ਜਿਸ ਤਰੀਕੇ ਨਾਲ ਆਪਾਂ ਚੈਨਲ 'ਤੇ ਵੀਡੀਓ ਪਾਉਂਦੇ ਉਹ ਥੋੜ੍ਹਾ ਜਿਹਾ ਕੁਝ ਕਰਦੇ ਹੁੰਦੇ ਹਾਂ ਟਰਾਈ ਕਿ ਕੁਝ ਨਵਾਂ ਲੈ ਕੇ ਆਈਏ। ਆ ਧਨੀ ਰਾਮ ਚਾਤਰਿਕ ਦੀ ਆ, ਕੁਝ ਵੀਡੀਓ ਨਹੀਂ ਆਪਣੇ ਚੈਨਲ 'ਤੇ ਮਿਲ ਰਹੀਆਂ, ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਰਹੂਗਾ ਆਪਾਂ ਬਣਾਉਂਦੇ ਰਹਾਂਗੇ। ਅਤੇ ਤੁਸੀਂ ਬਾਬਾ ਬਲਵੰਤ, ਤਕਰੀਬਨ ਸਾਰੇ ਦੇ ਸਾਰੇ ਜਿਹੜੇ ਵੀ ਸਿਲੇਬਸ ਦੇ ਵਿੱਚ ਤੁਹਾਡੇ ਦਿੱਤੇ ਹੋਏ ਆ, ਸ਼ਿਵ ਕੁਮਾਰ ਬਟਾਲਵੀ ਬਾਰੇ ਵੀ ਆਪਾਂ ਵੀ ਪਾਇਆ ਹੋਇਆ, ਅਤੇ ਜਿੰਨੇ ਵੀ ਸਿਲੇਬਸ ਦੇ ਵਿੱਚ ਕਵੀ ਨੇ ਉਹਨਾਂ ਬਾਰੇ ਇਹਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਲਿਖਿਆ ਹੋਇਆ। ਦੇਖੋ ਥੋੜ੍ਹਾ ਹੋ ਸਕਦਾ ਕੁਛ ਇਹਨਾਂ ਤੋਂ ਤੁਹਾਨੂੰ ਨਵਾਂ ਸਿੱਖਣ ਨੂੰ ਮਿਲੇ। ਅਤੇ ਬਾਕੀ ਆਪਣੇ ਚੈਨਲ ਦਾ ਮਕਸਦ ਹੀ ਇਹ ਆ, ਅੰਮ੍ਰਿਤਾ ਪ੍ਰੀਤਮ ਬਾਰੇ ਜਿਵੇਂ ਪਹਿਲਾਂ ਪਾਇਆ ਹੋਇਆ, ਕਿ ਕੁਝ ਨਵਾਂ ਅਤੇ ਕੁਝ ਵੱਖਰੇ ਢੰਗ ਨਾਲ, ਠੀਕ ਹੈ। ਆਪਾਂ ਉਸੇ ਤਰੀਕੇ ਨਾਲ ਕੋਸ਼ਿਸ਼ ਕਰਦੇ ਰਹਾਂਗੇ। ਤੁਸੀਂ ਫਿਲਹਾਲ ਚਲੋ ਆਪਾਂ ਇਹੀ ਗੱਲ ਕਰਨੀ ਸੀ, ਤੁਹਾਨੂੰ ਇਹ 16 ਦੇ 16 ਕਵੀਆਂ ਦੀ ਅੱਜ PDF ਦੇ ਦਿਆਂਗੇ ਜੀ ਆਪਾਂ। ਇੱਕ ਗੱਲ ਹੋਰ, ਜੇ ਦੂਜਾ ਗਰੁੱਪ ਬਣਾਉਣਾ ਪਿਆ ਵਟਸਐਪ ਦਾ, ਲਿੰਕ ਦੇਵਾਂਗੇ ਆਪਾਂ, ਪਰ ਉਹਦੇ ਵਿੱਚ ਉਹੀ ਜੁਆਇਨ ਕਰਿਓ ਜਿਹੜੇ ਪਹਿਲੇ ਦੇ ਵਿੱਚ ਜੁਆਇਨ ਨਹੀਂ ਹੋਏ ਹੋਏ, ਜਿਹੜੇ ਪਹਿਲੇ ਗਰੁੱਪ ਦੇ ਵਿੱਚ ਨਹੀਂ ਹੈਗੇ ਉਹੀ ਸਿਰਫ ਜੁਆਇਨ ਕਰਿਓ, ਕਿਉਂਕਿ ਉਹ ਪੂਰਾ ਹੋ ਚੁੱਕਿਆ, ਫਿਰ ਗਰੁੱਪ ਬਣਾਉਣ ਦੇ ਵਿੱਚ ਦਿੱਕਤ ਆਉਂਦੀ ਹੈ ਜੀ। ਦੂਜੇ ਗਰੁੱਪ ਨੂੰ ਉਹੀ ਜੁਆਇਨ ਕਰਿਓ, ਅਤੇ ਜਿਨ੍ਹਾਂ ਨੇ ਪਹਿਲਾਂ ਨਹੀਂ ਕੀਤਾ ਹੋਇਆ ਜੀ। ਧੰਨਵਾਦ, ਪਰਮਾਤਮਾ ਤਰੱਕੀਆਂ ਦੇਵੇ, ਮਿਹਨਤ ਕਰਦੇ ਰਹੋ ਅਤੇ ਪਰਮਾਤਮਾ ਤੁਹਾਨੂੰ ਸਫਰ ਕਰੇ।